ਤਰੀਕ ਨੂੰ 10 ਵਜੇ ਬਾਲਵੇ ਦੀ ਰਾਜਨੀਤੀ ਬੁਲੇਗਾ ਚੂੜੀਆਂ ਚੋਂ ਖਤਰ ਅਸੀਂ ਹੁਣ ਹਾਰ ਕੇ ਉਹਨਾਂ ਤੋਂ ਦੁਖੀ ਹੋ ਕੇ ਸਰਦਾਰ ਬਲਵੀਰ ਸਿੰਘ ਪੰਨੂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਬਲਵੀਰ ਸਿੰਘ ਪੰਨੂ ਬਲਵੀਰ ਸਿੰਘ ਪੰਨੂ ਮੇਰਾ ਪਿੰਡ ਗੁਜਰਪੁਰ ਹੈਗਾ ਅੱਜ ਪੰਨੂ ਸਾਹਿਬ ਸਾਡੇ ਪਿੰਡ ਆਏ ਸੀਗੇ ਉਹਨਾਂ ਨੇ ਬਹੁਤ ਵੱਡੀਆਂ ਸਹੂਲਤਾਂ ਦੇਣ ਦਾ ਐਲਾਨ ਕੀਤਾ ਹੈ ਉਹ ਜੋ ਕੁਝ ਕਹਿੰਦੇ ਉਹ ਕਰਕੇ ਵਿਖਾਉਂਦੇ ਨੇ ਅਤੇ ਹਰ ਕਿਸੇ ਦੇ ਗਰੀਬ ਦੀ ਮਦਦ ਕਰਦੇ ਨੇ ਕਹਿੰਦੇ ਸੱਚੇ ਸੁੱਚੇ ਆਦਮੀ ਨੇ ਉਹਨਾਂ ਨੂੰ ਹਰ ਕੋਈ ਵੋਟ ਪਾਵੇ ਅਤੇ ਉਹਨਾਂ ਨੂੰ ਕਾਮਯਾਬ ਬਣਾ ਚੇਅਰਮੈਨ ਪਨਸਪ ਪੰਜਾਬ ਅਤੇ ਹਲਕਾ ਇੰਚਾਰਜ ਫਤਿਹਗੜ੍ਹ ਚੂੜੀਆਂ ਸਰਦਾਰ ਬਲਵੀਰ ਸਿੰਘ ਪੰਨੂ ਨੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਵੱਖ ਵੱਖ ਪਿੰਡਾਂ ਵਿੱਚ ਕੀਤੀਆਂ ਚੋਣ ਮੀਟਿੰਗਾਂ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਰਿਵਾਰ ਆਮ ਆਦਮੀ ਪਾਰਟੀ ਨਾਲ ਜੁੜਦੇ ਦਿਖਾਈ ਦਿੱਤੇ ਆਪ ਪਾਰਟੀ ਦੇ ਕੀਤੇ 2 ਸਾਲਾਂ ਦੇ ਕੰਮਾਂ ਦੇ ਆਧਾਰ 'ਤੇ ਬਲਵੀਰ ਸਿੰਘ ਪੰਨੂ ਨੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਹੱਕ ਵਿੱਚ ਲੋਕਾਂ ਕੋਲੋਂ ਵੋਟਾਂ ਮੰਗੀਆਂ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਆਪ ਪਾਰਟੀ ਦੀ ਚੰਗੀ ਕਾਰਗੁਜ਼ਾਰੀ ਅਤੇ ਬਲਵੀਰ ਸਿੰਘ ਪੰਨੂ ਦੇ ਕੰਮ ਕਰਨ ਦੇ ਤਰੀਕੇ ਤੋਂ ਪ੍ਰਭਾਵਿਤ ਹੋ ਕੇ ਆਪ ਪਾਰਟੀ ਵਿੱਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਪੰਨੂ ਨੇ ਕਿਹਾ ਕਿ 4 ਜੂਨ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਦੀ ਫਤਿਹਗੜ੍ਹ ਚੂੜੀਆਂ ਤੋਂ ਰਾਜਨੀਤੀ ਖਤਮ ਹੋ ਜਾਵੇਗੀ ਤਰੀਕ ਨੂੰ 10 ਵਜੇ ਬਾਜਵੇ ਦੀ ਰਾਜਨੀਤੀ ਫਤਿਹਗੜ੍ਹ ਚੂੜੀਆਂ ਚੋਂ ਖਤਮ ਮੌਜੂਦਾ ਸਰਕਾਰ ਕਾਂਗਰਸ ਦੇ ਵਿੱਚ ਰੱਖਣੀ ਲੋੜ ਨਹੀਂ ਪੈਂਦੀ 500 12-12 ਇੰਚੀ ਬੋਰੇ ਹਰ ਘਰ ਦੇ ਵਿੱਚ ਹਰ ਘਰ ਦੇ ਬਾਅਦ ਲੋਹੇ ਦੀ ਹੱਡੀ ਕਿਸੇ ਸਿੰਘ ਪਿੰਡ ਬਾੜਪੱਤੀ ਤੋਂ ਮੈਂ ਇਹ ਕਹਿਣਾ ਚਾਹੁੰਦਾ ਵਾਂ ਮੀਡੀਆ ਦੇ ਰਾਹੀਂ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੋ ਕਿ ਕੈਬਨਿਟ ਮੰਤਰੀ ਰਹੇ ਨੇ ਔਰ ਉਹਨਾਂ ਨੇ ਪੰਚਾਇਤ ਮੰਤਰੀ ਹੁੰਦਿਆਂ ਹੋਇਆ ਫਤਿਹਗੜ੍ਹ ਚੂੜੀ ਹਲਕੇ ਤੋਂ ਅਸੀਂ ਉਹਨੂੰ ਲੀਡਣਾ ਜਿਤਾਉਂਦੇ ਰਹੇ ਪਰ ਉਹਨਾਂ ਨੇ ਮੰਤਰੀ ਹੁੰਦੇ ਹੋਏ ਸਾਡੇ ਪਿੰਡਾਂ ਦਾ ਕੋਈ ਵਿਕਾਸ ਕਾਸ਼ ਨਹੀਂ ਕੀਤਾ ਨਾ ਹੀ ਕੋਈ ਛੱਪੜਾਂ ਦਾ ਨਾ ਕੋਈ ਹੋਰ ਵਿਕਾਸ ਪੰਚਾਇਤਾਂ ਦਾ ਵੈਸੇ ਪਿਆ ਵਾ ਔਰ ਇੱਥੋਂ ਤੱਕ ਉਹ ਪਹੁੰਚਣ ਦੇ ਬਾਵਜੂਦ ਵੀ ਕੋਈ ਵਿਕਾਸ ਨਹੀਂ ਕਰ ਸਕੇ ਪਰ ਅਸੀਂ ਹੁਣ ਹਾਰ ਕੇ ਉਹਨਾਂ ਤੋਂ ਦੁਖੀ ਹੋ ਕੇ ਸਰਦਾਰ ਬਲਵੀਰ ਸਿੰਘ ਪੰਨੂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਖਾਇਆ ਵਾ ਕਿ ਅਸੀਂ
ਰਹਿੰਦੀ ਸਰਕਾਰ ਦੇ ਵਿੱਚ 3 ਸਾਲ ਦੇ ਵਿੱਚ ਵਿੱਚ ਆਪਣਾ ਇੱਕ ਵੀ ਕੰਮ ਨਹੀਂ ਰਹਿਣ ਦੇਵਾਂਗੇ। ਅਗਰ ਕੰਮ ਰਹਿਣ ਦਿਓ ਤਾਂ ਤੁਸੀਂ ਵੋਟ ਨਾ ਪਾਓ। ਔਰ ਉਹਨਾਂ 'ਤੇ ਸਾਨੂੰ ਪੂਰਾ ਵਿਸ਼ਵਾਸ ਆ ਕਿ ਸਾਡੇ ਉਹ ਕੰਮ ਕਰਨਗੇ ਔਰ ਸਾਡੇ ਪਿੰਡ ਦੀ ਨੁਹਾਰ ਬਦਲਣਗੇ, ਸਾਡੇ ਪੂਰੇ ਹਲਕੇ ਫਤਿਹਗੜ੍ਹ ਚੂੜੀਆਂ ਦੀ ਨੁਹਾਰ ਬਦਲਣਗੇ। ਸਾਨੂੰ ਉਹਨਾਂ 'ਤੇ ਵਿਸ਼ਵਾਸ ਆ। ਮਹਾਰਾਜ ਕਿਰਪਾ ਕਰੇ, ਉਹ ਵੀਰ ਇੱਦਾਂ ਹੀ ਅੱਗੇ ਆਉਂਦਾ ਰਹੇ ਅਤੇ ਸਾਡੇ ਕੰਮ ਸਵਾਰਦਾ ਰਹੇ। ਅਸੀਂ ਪੂਰੇ ਪਿੰਡ ਦਾ ਸਹਿਯੋਗ ਉਹਨਾਂ ਦੇ ਨਾਲ ਆ, ਹੋਰ ਵੀ ਇਲਾਕੇ 'ਚੋਂ ਵੀ ਜਿੱਥੋਂ ਤੱਕ ਹੋ ਸਕਿਆ ਉਹਨਾਂ ਦਾ ਸਹਿਯੋਗ ਕਰਾਂਗੇ ਔਰ ਪਾਰਟੀ ਨੂੰ ਲੀਡ ਨਾਲ ਚੱਲਣ ਦਾ। ਮੈਂ ਜਸਵੰਤ ਰਾਏ, ਸਭ ਤੋਂ ਪਹਿਲਾਂ ਤਾਂ ਮਾਝਾ ਲਾਈਵ ਟੀਵੀ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜੋ ਸਾਡੇ ਨਿੱਕੇ ਜਿਹੇ ਸੱਦੇ 'ਤੇ ਇੱਥੇ ਪਹੁੰਚੇ ਨੇ। ਮੈਂ ਜਸਵੰਤ ਰਾਏ, ਜੁਆਇੰਟ ਸੈਕਟਰੀ ਪੰਜਾਬ ਐਸ ਸੀ। ਅੱਜ ਬਲਵੀਰ ਸਿੰਘ ਪੰਨੂ ਸਾਡੇ ਪਿੰਡ ਮੀਟਿੰਗ ਕਰਕੇ ਗਏ ਨੇ। ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਉਡੀਕ ਰਹੇ ਸਨ, ਉਹਨਾਂ ਦੀਆਂ ਮੀਟਿੰਗਾਂ ਹੀ ਇੰਨੀਆਂ, ਫਿਰ ਵੀ ਬਹੁਤ ਜ਼ਿਆਦਾ ਵੇਟ ਕਰ ਰਹੀ। ਅਸੀਂ ਸ਼ਹਿਰੀ ਕਲਸੀ ਨੂੰ ਆਪਣੇ ਪਿੰਡੋਂ ਦੋਨੇ ਬੂਥ 'ਚ ਤਾਂ ਕੇ ਭੇਜਾਂਗੇ ਸ਼ਹਿਰੀ ਕਲਸੀ ਨੂੰ। ਅੱਜ ਹਲਕਾ 4 ਬਲਵੀਰ ਸਿੰਘ ਪੰਨੂ ਸਾਡੇ ਪਿੰਡ ਆਏ, ਉਹਨਾਂ ਦਾ ਧੰਨਵਾਦ ਕਰਦਾ। ਕਿੰਨੀ ਵੋਟ ਸਾਡੇ ਪਿੰਡ? 1500 1700 ਅਸੀਂ 2022 ਦੇ ਵਿੱਚ ਵੀ ਬਲਵੀਰ ਸਿੰਘ ਪੰਨੂ ਨੂੰ ਦੋਨੇ ਬੂਥਾਂ 'ਤੇ ਭੇਜਿਆ ਸੀ ਆਪਣੇ ਪਿੰਡੋਂ। ਅਸੀਂ ਸਭ ਤੋਂ ਪਹਿਲਾਂ ਜੇ 5 ਵਾਰ ਦੇ ਬੂਥ ਇੰਚਾਰਜ ਇੱਥੇ, ਅਤੇ ਐਰ ਕੀ 2024 ਦੇ ਵਿੱਚ ਸ਼ਹਿਰੀ ਕਸੂ ਦੋਨੇ ਬੂਥ ਦਾ। ਸਾਡੇ ਪਿੰਡ ਦੀ ਵੇਵਨਾ ਆਸ ਪਾਸ ਦੇ 10 ਪਿੰਡ ਜਿੱਤਦੇ ਆ। ਸਾਡੇ 2022 ਦੇ ਵਿੱਚ ਲੰਗਰਵਾਲ ਪਿੰਡ, ਨਾਸਰਗੇ ਪਿੰਡ, ਪਾਰੋਵਾਲ ਪਿੰਡ, ਮਾਨਸੈਂਡ, ਖੈਰੇ ਕਲਾਂ, ਰਿਆਲੀ ਸੁੰਡਲ, ਰਿਆਲੀ ਕਲਾਂ, ਦੋਨੇ ਸਾਰੇ ਪਿੰਡ ਜਿੱਤੇ, ਅਤੇ ਇਸ ਕਰਕੇ ਸਾਡਾ ਪਿੰਡ ਵੱਡੀ ਵੇਵਨਾ ਜਿੱਤਣ ਜਾ ਰਿਹਾ ਵਾ, ਇਹ ਵੀ ਜਿੱਤਣ ਜਾ ਰਿਹਾ। ਸਾਡੇ ਕੇਂਦਰ ਦੀ ਬੈਲਟ ਸਾਰੀ ਜਿਹੜੀ ਹੈਗੀ ਆ ਉਹ ਬਲਵੀਰ ਸਿੰਘ ਪੰਨੂ ਦੇ ਰਹਿਣਾ ਹੀ ਹੈ। ਹਲਕਾ ਇੰਚਾਰਜ ਲੋਕ ਸਭਾ ਉਮੀਦਵਾਰ ਸ਼ਹਿਰੀ ਕਾਸੀ ਦੇ ਹੱਕ ਵਿੱਚ ਲੋਕ ਬਹੁਤ ਉਤਸ਼ਾਹ ਨਾਲ। ਮਾਸਟਰ ਬਲਰਾਜ ਸਿੰਘ ਅਤੇ ਭਤੀਜਾ ਆਪਣਾ ਹਰਪ੍ਰੀਤ ਸਿੰਘ ਜੀ ਦੇ ਗ੍ਰਹਿ ਵਿਖੇ ਤੁਸੀਂ ਅੱਜ ਮੀਡੀਆ ਸਾਰਾ ਪਹੁੰਚਿਆ ਸੀ, ਉਹਨਾਂ ਦਾ ਬਹੁਤ ਧੰਨਵਾਦੀ ਨਾਲ। ਸਾਡੇ ਸਤਿਕਾਰਯੋਗ ਹਲਕਾ ਇੰਚਾਰਜ ਪੰਨੂ ਸਾਹਿਬ, ਚੇਅਰਮੈਨ ਸਾਹਿਬ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹਨ। ਇਹਨਾਂ ਸਾਰੇ ਅਫੀਸ਼ੀਅਲ ਦਾ, ਪ੍ਰੈਸ ਦਾ, ਸਾਰੀ ਦਾ, ਵੀਰਾਂ ਦਾ, ਭਰਾਵਾਂ ਦਾ, ਜੋ ਵੀ ਨਗਰ ਨਿਵਾਸੀ ਸਾਡੇ ਕੋਲ ਪਹੁੰਚੇ ਉਹਨਾਂ ਦਾ ਹੀ ਇੱਥੇ ਪਹੁੰਚੇ ਅਤੇ ਜੀ ਆਇਆਂ ਕਹਿੰਦੇ ਹਾਂ। ਇੱਕ ਛੋਟੇ ਜਿਹੇ ਸਾਡੇ ਸੱਦੇ 'ਤੇ ਮੇਰੇ ਸਾਰੇ ਭਰਾ ਪਿੰਡ ਤੋਂ, ਨਗਰ ਤੋਂ ਪਹੁੰਚੇ ਹਨ, ਅਤੇ ਉਹਦੇ ਵਿੱਚ 25 ਪਰਿਵਾਰ ਜਿਹੜੇ ਸਾਡੇ ਉਹ ਨਵੇਂ ਸ਼ਾਮਿਲ ਹੋਏ ਹਨ ਪਾਰਟੀ ਵਿੱਚ। ਅਸੀਂ ਵੀ ਇਹਨਾਂ ਦੇ ਕੰਮਾਂ ਨੂੰ, ਪੰਨੂ ਸਾਹਿਬ ਦਾ ਜੋ ਢੰਗ ਤਰੀਕਾ ਸਾਨੂੰ ਬਹੁਤ ਚੰਗਾ ਲੱਗਿਆ, ਇਹ ਪ੍ਰਭਾਵਿਤ ਹੋ ਕੇ ਅਸੀਂ ਇਸ ਪਾਰਟੀ ਨੂੰ ਜਾਇਨ ਕੀਤਾ। ਅਤੇ ਅਸੀਂ ਸਾਰੇ ਪੰਨੂ ਸਾਹਿਬ ਨੂੰ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ 1 ਤਰੀਕ ਨੂੰ ਵੱਧ ਤੋਂ ਵੱਧ ਕਲਸੀ ਸਾਹਿਬ ਨੂੰ ਵੋਟਾਂ ਪਵਾ ਕੇ ਕਾਮਯਾਬ ਕਰਾਂਗੇ, ਅਤੇ 4 ਤਰੀਕ ਨੂੰ ਪਿੰਡ ਦੇ ਵਿੱਚ ਪੂਰਾ ਜਸ਼ਨ ਮਨਾਇਆ ਜਾਏਗਾ। ਸਾਰੇ ਮੇਰੇ ਆਏ ਹੋਏ ਵੀਰਾਂ ਦਾ, ਭਰਾਵਾਂ ਦਾ, ਨਗਰ ਨਿਵਾਸੀ ਭੈਣਾਂ ਦਾ, ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਆਇਆਂ ਨੂੰ। ਮੇਰਾ ਨਾਮ ਹਰਨੇਕ ਸਿੰਘ ਜੀ। ਹਰਨੇਕ ਸਿੰਘ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਸਾਡੇ ਪਿੰਡ ਵਿੱਚ ਸਰਦਾਰ ਬਲਵੀਰ ਸਿੰਘ ਪੰਨੂ ਚੇਅਰਮੈਨ ਪੰਜਾਬ ਆਏ ਸਨ। ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਨਗਰ ਵਿੱਚ ਜੋ ਵੀ ਕੰਮ ਰਹਿ ਕੇ ਹੋਣ ਵਾਲੇ ਨੇ ਅਸੀਂ ਪੂਰੇ ਕਰਾਂਗੇ। ਅਸੀਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਉਹਨਾਂ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ, ਪਰ ਸਾਨੂੰ ਚਾਹੀਦਾ ਹੈ ਕਿ ਉਹਨਾਂ ਨੂੰ, ਉਹਨਾਂ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਸਨ। ਸਾਨੂੰ ਮੁੱਖ ਮੰਤਰੀ ਜਿਹੜੇ ਆ ਬਹੁਤ ਵਧੀਆ ਮਿਲੇ ਨੇ। ਮੈਂ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ ਇੱਕ ਦਿਨ, ਉਹ ਕਹਿ ਰਹੇ ਸੀ ਬਿਜਲੀ ਬੋਰਡ ਜੋ ਪਹਿਲਾਂ ਘਾਟੇ ਵਿੱਚ ਰਹਿੰਦਾ ਜੀ, ਉਹ ਹਰ ਸਾਲ ਆਪਾਂ ਸੁਣਦੇ ਹੁੰਦੇ ਸੀ ਸਬਸਿਡੀ ਇੰਨੀ ਦੇਣ ਵਾਲੀ ਹੈ ਜੀ ਸਰਕਾਰ, ਸਰਕਾਰ ਦੇ ਹੱਥ ਸਬਸਿਡੀ ਨਹੀਂ ਦੇ ਸਕਦੀ, ਕੋਈ ਸਬਸਿਡੀ ਨਹੀਂ। ਇਸ ਵਾਰ 32 ਉਹਨਾਂ ਨੇ
ਰਾਤ ਨੂੰ ਕਹਿੰਦੇ ਅਸੀਂ ਵੇਚ ਰਹੇ ਹਾਂ, ਬੱਤੀ ਵੇਚ ਰਹੇ ਹਾਂ, ਫਿਰ ਵੀ ਸਾਨੂੰ 24 ਘੰਟੇ ਬੱਤੀ ਮਿਲ ਰਹੀ ਹੈ। ਅਸੀਂ ਕਣਕਾਂ ਨੂੰ ਪਾਣੀ ਲਾਉਂਦੇ ਹੁੰਦੇ ਸੀ, ਰਾਤ ਜਾਗ ਜਾ ਕੇ ਪਾਣੀ ਲਾਉਂਦੇ ਸੀ। ਇਸ ਵਾਰ 2 ਸਾਲ ਹੋ ਗਏ ਨੇ ਅਸੀਂ ਦਿਨੇ ਮੋਟਰਾਂ ਨੂੰ ਕਣਕਾਂ ਨੂੰ ਪਾਣੀ ਲਾਉਂਦੇ ਹਾਂ, ਸਾਨੂੰ ਕੋਈ ਦਿੱਕਤ ਨਹੀਂ ਆ ਰਹੀ। ਗਰੀਬ ਪਰਿਵਾਰਾਂ ਨੂੰ ਵੀ ਉਹ ਸਹੂਲਤਾਂ ਦੇ ਰਹੇ ਨੇ। 300 ਯੂਨਿਟ ਹਰ ਮਹੀਨੇ ਬੱਤੀ ਫਰੀ, 602 ਮਹੀਨੇ ਦੀ ਹੋ ਜਾਂਦੀ ਹੈ, 301 ਮਹੀਨੇ ਦੀ 300 ਯੂਨਿਟ ਬੱਤੀ ਫਰੀ ਦੇ। 300 ਯੂਨਿਟ ਨਾਲ 1500 ਰੁਪਈਆ ਹਰ ਮਹੀਨੇ ਦੀ ਬਚਤ ਹਰ ਇੱਕ ਪਰਿਵਾਰ ਨੂੰ ਹੋ ਰਹੀ ਹੈ। ਜੋ ਕਿ ਇਹੋ ਜਿਹੀਆਂ ਸਹੂਲਤਾਂ ਜੋ ਸਰਕਾਰ ਦੇ ਰਹੀ ਹੈ, ਜੋ ਪਹਿਲੇ ਸਾਲ ਤੋਂ ਉਹਨਾਂ ਨੂੰ ਦੇ ਰਹੀ ਹੈ, ਬਾਕੀ ਸਰਕਾਰਾਂ ਬਣਦੀਆਂ ਸਨ ਆਖਰੀ ਸਾਲ ਵਿੱਚ ਕੰਮ ਕਰਦੀਆਂ ਸਨ, ਸਹੂਲਤਾਂ ਆਖਰੀ ਸਾਲ ਵਿੱਚ ਦਿੰਦੀਆਂ ਸਨ। ਇਹਨਾਂ ਪਹਿਲੇ ਸਾਲ ਤੋਂ ਸਾਨੂੰ ਸਹੂਲਤਾਂ ਦੇਣੀਆਂ ਸ਼ੁਰੂ ਕੀਤੀਆਂ ਨੇ, ਅਸੀਂ ਉਹਨਾਂ ਦਾ ਧੰਨਵਾਦੀ ਹਾਂ ਅਤੇ ਅਸੀਂ ਵਿਸ਼ਵਾਸ ਦਵਾਉਂਦੇ ਹਾਂ ਕਿ ਉਹਨਾਂ ਨੂੰ ਜਿਤਾ ਕੇ ਪਿੰਡ ਵਿੱਚੋਂ ਭੇਜਾਂਗੇ। ਗਾਂ ਵੀ ਜੋ ਉਹਨਾਂ ਨੇ ਕੰਮ ਕਹੇ ਨੇ ਉਹ ਕਰਨਗੇ, ਸਾਨੂੰ ਉਹਨਾਂ 'ਤੇ ਯਕੀਨ ਹੈ। ਆਮ ਪਬਲਿਕ ਨੂੰ ਕੀ ਸੁਣਾਵਾਂ ਦੱਸ ਜਾਓਗੇ? ਮੈਂ ਤਾਂ ਇਹੀ ਕਹਿੰਦਾ ਕਿ ਜੋ ਉਹਨਾਂ ਨੇ ਗੱਲਾਂ ਕਹੀਆਂ ਨੇ ਉਹ ਸਾਨੂੰ ਵਿਸ਼ਵਾਸ ਹੈ ਕਿ ਪੂਰਾ ਕਰਨਗੇ। ਅਗਰ ਪੂਰਾ ਨਹੀਂ ਕਰਨਗੇ ਤਾਂ 3 ਸਾਲਾਂ ਬਾਅਦ ਫਿਰ ਮੌਕਾ ਆ ਜਾਣਾ, ਕਿਉਂਕਿ ਅਸੀਂ ਉਹਨਾਂ ਨੂੰ ਮੌਕਾ ਦਿੱਤਾ, ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ, ਸਾਨੂੰ ਚਾਹੀਦਾ ਕਿ ਉਹਨਾਂ ਦਾ ਸਾਥ ਦਈਏ। ਅੱਜ ਪਿੰਡ ਜੰਗਲਾ ਤੋਂ ਬਹੁਤ ਵੱਡੀ ਗਿਣਤੀ 'ਚ ਪਰਿਵਾਰ ਸ਼ਾਮਿਲ ਹੋਏ ਨੇ, ਕਿੰਨੇ ਪਰਿਵਾਰ ਹੋਏ ਨੇ ਅਤੇ ਕਿਹੜੀ ਪਾਰਟੀ 'ਚ ਹੋਏ ਜੀ? ਇਹ ਜੀ ਅਕਾਲੀ ਦਲ ਦੀ ਸਮੁੱਚੀ ਟੀਮ ਜਿਹੜੀ ਪਿੰਡ ਜੰਗਲਿਆਂ ਤੋਂ ਆਪਣੇ ਮੈਂਬਰ ਪੰਚਾਇਤ ਸਾਰੇ ਯੂਥ ਵਿੰਗ ਦੇ ਪ੍ਰਧਾਨ ਸਾਰੇ ਸਮੁੱਚੀ ਲੀਡਰਸ਼ਿਪ ਅੱਜ ਆਮ ਪਾਰਟੀ ਬਲਬੀਰ ਸਿੰਘ ਪੰਨੂ ਦੀ ਰਹਿਨਮਾਈ ਵਿੱਚ ਸ਼ਾਮਿਲ ਹੋਈ ਹੈ। ਕੀ ਵਿਸ਼ਵਾਸ ਦਿਵਾਉਂਦੇ ਜੀ ਆਪਣੇ ਪਿੰਡ? ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਾਡੇ ਪਿੰਡ ਦਾ ਬੂਥ ਸਾਰਿਆਂ ਪਿੰਡਾਂ ਨਾਲੋਂ ਵਧੀਆ ਲੀਡ ਲੈ ਕੇ ਸ਼ਹਿਰੀ ਕੁਲਸੀ ਜੀ ਦੀ ਜਿੱਤ ਯਕੀਨੀ ਬਣਾਵਾਂਗੇ, ਬਲਬੀਰ ਪੰਨੂ ਦੀ ਜਿੱਤ ਕਰਾਂਗੇ ਜੀ ਪਿੰਡ ਵਿੱਚੋਂ, ਅਤੇ ਹਲਕੇ ਵਿੱਚ ਵੀ ਜਿੱਥੇ ਜਿੱਥੇ ਸਾਡੇ ਵੋਟਰ ਆ ਉੱਥੇ ਅਸੀਂ ਆਮ ਪਾਰਟੀ ਸਪੋਰਟ ਕਰਾਂਗੇ। ਠੀਕ ਲਈ ਫਤਿਹਗੜ੍ਹ ਚੂੜੀਆਂ ਤੋਂ ਮਨਪ੍ਰੀਤ ਸਿੰਘ ਮਨ ਦੀ ਰਿਪੋਰਟ।